a South Asian Canadian channel. ਆਪਣੇ ਗੀਤਾਂ ਰਾਹੀਂ ਸਮਾਜਿਕ ਮੁੱਦਿਆਂ ਦੀ ਅਸਲੀ ਤਸਵੀਰ ਸਮਾਜ ਸਾਹਮਣੇ ਰੱਖਣ ਵਾਲੇ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਲਵਲੀ ਨੇ ਹੁਣ ਕੋਰੋਨਾ ਕਾਲ ਦੌਰਾਨ ਆਪਣੀ ਮਾਂ ਦੇ ਅੰਤਿਮ ਦਰਸ਼ਨ ਨਾ ਕਰ ਸਕਣ ਵਾਲੇ ਵਿਦੇਸ਼ ਬੈਠੇ ਪੁੱਤਾਂ ਦੇ ਦੁੱਖ ਦੀ ਗਾਥਾ ਗੀਤ ਰਾਹੀਂ ਬਿਆਨ ਕੀਤੀ ਹੈ। ਸੱਚੀ ਘਟਨਾਵਾਂ ਦੇ ਉੱਪਰ ਆਧਾਰਿਤ ਮਾਂ ਗੀਤ ਸਰਬਜੀਤ ਲਵਲੀ ਵੱਲੋਂ ਗਾਇਆ ਗਿਆ। ਲਵਲੀ GRP ਪਟਿਆਲਾ ਵਿਖੇ ਤੈਨਾਤ ਨੇ ਤੇ ਫਤਿਹਗੜ੍ਹ ਸਾਹਿਬ ਦੇ ਪਿੰਡ ਬਹਾਦਰਗੜ੍ਹ ਦੇ ਰਹਿਣ ਵਾਲੇ ਨੇ। ਇਸ ਗੀਤ ਨੂੰ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਲਵਲੀ ਨੇ ਕਿਹਾ ਕਿ ਇੰਗਲੈਂਡ ਰਹਿੰਦੇ ਪ੍ਰੀਤਮਪਾਲ ਸਿੰਘ ਨੇ ਇਹ ਗੀਤ ਲਿਖਿਆ, ਜਿਨ੍ਹਾਂ ਨਾਲ ਇਹ ਹੱਡ ਬੀਤੀ ਹੈ। ਉਹਨਾਂ ਦੀ ਮਾਂ ਪੰਜਾਬ ਰਹਿੰਦੀ ਸੀ ਤੇ ਪੁੱਤ ਵਿਦੇਸ਼। ਕੋਰੋਨਾ ਕਾਲ ਦੌਰਾਨ ਬਿਮਾਰ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਪੁੱਤ ਨੂੰ ਵੀਡੀਓ ਕਾਲ ਰਾਹੀਂ ਅੰਤਿਮ ਦਰਸ਼ਨ ਕਰਨੇ ਪੈਂਦੇ ਨੇ। ਇਸ ਪੂਰੀ ਘਟਨਾ ਦੇ ਉੱਪਰ ਇਹ ਗੀਤ ਆਧਾਰਿਤ ਹੈ ਜੋ ਉਹਨਾਂ ਨੇ ਗਾਇਆ। ਇਸ ਤੋਂ ਪਹਿਲਾਂ ਉਹ ਕਿਸਾਨ ਖੁਦਕੁਸ਼ੀਆਂ ਤੇ ਕਿਸਾਨੀ ਸੰਘਰਸ਼ ਤੇ ਵੀ ਗੀਤ ਗਾ ਚੁੱਕੇ ਨੇ। ਉਹਨਾਂ ਹੋਰਨਾਂ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਸਮਾਜਿਕ ਮਸਲਿਆਂ ਦੇ ਨਾਲ ਸੰਬੰਧਿਤ ਗਾਇਕੀ ਪੇਸ਼ ਕੀਤੀ ਜਾਵੇ। ਜਿਹੜੇ ਤੁਸੀਂ ਹੁਣ ਪੋਸਟਰ ਪਾਏ ਨੇ, ਇਹ ਮਾਂ ਦੇ ਉੱਤੇ ਅਸੀਂ ਇੱਕ ਗੀਤ ਬਣਾਇਆ ਜੀ। ਇੱਕ ਟਰੂ ਸਟੋਰੀ ਹੈ। ਕੋਰੋਨਾ ਕਾਲ ਦੇ ਦੌਰਾਨ ਕੋਈ ਬੱਚਾ ਵਿਦੇਸ਼ ਗਿਆ ਹੁੰਦਾ, ਉੱਥੇ ਜਾ ਕੇ ਉਹਦੀ ਮਾਂ ਪਿੱਛੋਂ ਬਿਮਾਰ ਹੋ ਜਾਂਦੀ ਹੈ। ਉਹ ਫਲਾਈਟਾਂ ਬੰਦ ਹੋਣ ਕਰਕੇ ਉੱਥੇ ਵਿਦੇਸ਼ ਦੇ ਵਿੱਚ ਹੀ ਸਕਿੱਪ ਹੋਇਆ ਹੁੰਦਾ, ਪਿੱਛੋਂ ਮਾਂ ਦੀ ਡੈਥ ਹੋ ਜਾਂਦੀ, ਤਾਂ ਆਪਣੀ ਮਾਂ ਦੇ ਅੰਤਿਮ ਰਸਮਾਂ ਦੇ ਵਿੱਚ ਵੀ ਨਹੀਂ ਪਹੁੰਚ ਸਕਦਾ। ਮੈਂ ਕਹਿੰਦਾ ਇਕੱਲੀ ਇਸ ਕਿਰਦਾਰ ਦੇ ਨਾਲ ਹੋਇਆ, ਇੱਦਾਂ ਦੇ ਬਹੁਤ ਰਿਸ਼ਤੇ ਨੇ ਜਿਹੜੇ ਜਾਂਦੀ ਵਾਰ ਲਾਸਟ ਵਾਰ ਮੂੰਹ ਦੇਖਣ ਤੋਂ ਵੀ ਵਾਂਝੇ ਰਹਿ ਗਏ ਕਿ ਕੋਰੋਨਾ ਮਹਾਂਮਾਰੀ ਨੇ ਇਹੋ ਜਿਹਾ ਮਤਲਬ ਲੋਕਾਂ ਨੂੰ ਇਸ ਕਦਰ ਕੀਤਾ, ਲੋਕਾਂ ਦਾ ਮਤਲਬ ਨੁਕਸਾਨ ਕੀਤਾ। ਅਤੇ ਇੱਕ ਟਰੂ ਸਟੋਰੀ ਹੈ, ਗੀਤਕਾਰ ਨੇ ਆਪਣੀ ਕਹਾਣੀ ਬਿਆਨ ਕੀਤੀ ਹੈ। ਅਤੇ ਫਿਰ ਮੈਂ ਇਹਨੂੰ ਪੂਰਾ ਸਮਾਜਿਕਲੀ ਲੈ ਲਿਆ ਵੀ ਬੜੇ ਲੋਕਾਂ ਨਾਲ ਇੱਦਾਂ ਹੋਇਆ ਵੀ ਕੋਰੋਨਾ ਦੇ ਵਿੱਚ ਕਈ ਲੋਕ ਵਿਦੇਸ਼ਾਂ ਦੇ ਵਿੱਚ ਫਸੇ ਰਹੇ, ਆਪਣੇ ਨਜ਼ਦੀਕੀਆਂ ਦੇ ਦੋਸਤਾਂ ਮਿੱਤਰਾਂ ਦੇ ਜਿਨ੍ਹਾਂ ਦੀ ਮੌਤ ਹੋਈ ਹੈ, ਉਹਨਾਂ ਦੀ ਅੰਤਿਮ ਰਸਮਾਵਾਂ ਦੇ ਵਿੱਚ ਵੀ ਉਹ ਸ਼ਾਮਿਲ ਨਹੀਂ ਹੋਏ। ਅਤੇ ਮਾਂ ਦਾ ਜਿਹੜਾ ਰਿਸ਼ਤਾ ਹੁੰਦਾ, ਤੁਹਾਨੂੰ ਪਤਾ ਮਾਂ ਕਿੰਨੀ ਨੇੜੇ ਦਾ ਰਿਸ਼ਤਾ ਹੁੰਦਾ, ਸਭ ਤੋਂ ਦੁਨੀਆ ਦੇ ਵਿੱਚ ਮੈਂ ਕਹਿੰਦਾ ਸਭ ਤੋਂ ਵੱਡਾ ਰਿਸ਼ਤਾ ਮਾਂ ਦਾ ਹੁੰਦਾ। ਅਤੇ ਆਪਾਂ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਅਤੇ ਜੇ ਆਪਾਂ ਨੂੰ ਇਹ ਪਤਾ ਲੱਗੇ ਵੀ ਆਪਣੀ ਮਾਂ ਨੂੰ ਕੁਛ ਹੋ ਗਿਆ ਤਾਂ ਆਪਾਂ ਉਹਦੇ ਕੋਲ ਵੀ ਨਾ ਹੋਈਏ, ਇਹ ਹਕੀਕਤ ਦੇ ਗਾਣੇ ਦੇ ਵਿੱਚ ਮੈਂ ਬਿਆਨ ਕੀਤੀ ਹੈ। ਇਹ ਕਿਹਦੇ ਵੱਲੋਂ ਗਾਣਾ ਲਿਖਿਆ ਗਿਆ ਜੀ, ਕਿੰਨੇ ਟਾਈਮ ਦਾ ਗਾਣਾ ਹੈ? ਇਹ ਗਾਣਾ 5 ਕੁ ਮਿੰਟ ਦਾ ਗੀਤ ਹੈ ਜੀ। ਇਹ ਪ੍ਰੀਤਮਪਾਲ ਜੀ ਇੰਗਲੈਂਡ ਤੋਂ ਨੇ, ਜਿਨ੍ਹਾਂ ਨੇ ਗਾਣਾ ਟ੍ਰਿਬਿਊਟ ਕੀਤਾ ਆਪਣੀ ਮਾਂ ਨੂੰ। ਅਤੇ ਇਹਦਾ ਵੀਡੀਓ ਬਣਾਇਆ ਹਰਵੀਰ ਢੀਂਡਸਾ ਜੀ ਉਹਨਾਂ ਨੇ। ਮਿਊਜ਼ਿਕ ਹੱਟ ਕੰਪਨੀ ਵੱਲੋਂ ਇਹ ਗਾਣਾ ਰਿਲੀਜ਼ ਕੀਤਾ ਗਿਆ। ਸੰਦੀਪ ਸੋਨੂ ਨੇ ਇਹਦਾ ਮਿਊਜ਼ਿਕ ਤਿਆਰ ਕੀਤਾ। ਅਤੇ ਸਾਡੇ ਸਰਪੰਚ ਸਾਹਿਬ ਰਾਏ ਬਹਾਦਰ ਜੀ ਜਿਹੜੇ ਨੇ, ਇਹਨਾਂ ਨੇ ਗਾਣੇ ਨੂੰ ਬਹੁਤ ਵੱਧ ਤੋਂ ਵੱਧ ਸਹਿਯੋਗ ਦਿੱਤਾ ਔਰ ਗਾਣੇ ਦੇ ਵਿੱਚ ਇਹਨਾਂ ਨੇ ਕੰਮ ਵੀ ਕੀਤਾ। ਸਾਰੀ ਸ਼ੂਟਿੰਗ ਇਹਨਾਂ ਦੇ ਪਿੰਡ ਹੋਈ ਹੈ ਅਤੇ ਇਹਨਾਂ ਦਾ ਮੈਂ ਤਹਿ ਦਿਲੋਂ ਰੇਣੀ ਹੈ ਵੀ ਇਹਨਾਂ ਨੇ ਗਾਣੇ ਨੂੰ ਐਪਰੀਸ਼ੀਏਟ ਕੀਤਾ। ਉੱਥੇ ਇਹ ਗੀਤ ਦਾ ਪੋਸਟਰ ਜਾਰੀ ਕਰਨ ਵਾਲੇ ਸ਼ਾਹਬਾਜ਼ ਨਾਗਰਾ ਨੇ ਕਿਹਾ ਕਿ ਸਰਬਜੀਤ ਲਵਲੀ ਆਪਣੀ ਡਿਊਟੀ ਦਰਜੇਵੇਂ ਚੋਂ ਸਮਾਂ ਕੱਢ ਕੇ ਸਮਾਜ ਲਈ ਚੰਗੀ ਗਾਇਕੀ ਪੇਸ਼ ਕਰ ਰਹੇ ਨੇ। ਇਹ ਮਾਂ ਗੀਤ ਵੀ ਕਿਸੇ ਮਹਾਨ ਰਿਸ਼ਤੇ ਨੂੰ ਦਰਸਾਉਣ ਵਾਲਾ ਗੀਤ ਹੈ। ਸਾਡੇ ਛੋਟੇ ਵੀਰ ਸਰਬਜੀਤ ਲਵਲੀ, ਜਿਨ੍ਹਾਂ ਨੇ ਇੱਕ ਮਾਂ ਦੇ ਉੱਤੇ ਗਾਣਾ ਗਾਇਆ ਜਿਹਦੇ ਅਸੀਂ ਅੱਜ ਪੋਸਟਰ ਰਿਲੀਜ਼ ਕੀਤੇ ਆ, ਜਿਵੇਂ ਕਹਿੰਦੇ ਮਾਂ ਦਾ ਜਿਹੜਾ ਦਰਦ ਹੈ ਇਹਨਾਂ ਨੇ ਦੱਸਿਆ, ਦੁਨੀਆਂ 'ਚ ਮਾਂ ਦਾ ਰੁਤਬਾ ਜਿਹੜਾ ਸ਼ਾਇਦ ਰੱਬ ਤੋਂ ਬਾਅਦ ਮਾਂ ਦਾ ਹੀ ਦੂਸਰਾ ਰੂਪ ਹੈ। ਇਸ ਕਰਕੇ ਇਹਨਾਂ ਨੇ ਕੋਰੋਨਾ ਦੌਰਾਨ 'ਚ ਜੋ ਘਟਨਾ ਵਾਪਰੀ ਹੈ ਵੀ ਬੱਚਾ ਬਾਹਰ ਆ ਅਤੇ ਮਾਂ ਦੇ ਨਹੀਂ ਆ ਸਕਦਾ ਡੈਥ ਦੇ ਉੱਤੇ, ਉਸ 'ਤੇ ਇਹਨਾਂ ਨੇ ਵਿਸ਼ੇ 'ਤੇ ਗਾਣਾ ਗਾਇਆ। ਮੈਂ ਕਹਿੰਦਾ ਬਹੁਤ ਹੀ ਅੱਛੀ ਗੱਲ ਹੈ ਔਰ ਜੇ ਇੱਦਾਂ ਸਮਾਜ ਦੇ ਵਿੱਚ ਆਪਣੇ ਰਿਸ਼ਤਿਆਂ ਨੂੰ ਪ੍ਰਤੀ ਗਾਇਆ ਜਾਵੇ ਤਾਂ ਉਹ ਰਿਸ਼ਤੇ ਹੋਰ ਵੀ ਪੱਕੇ ਹੋਣਗੇ। ਹਾਂ, ਜਿਵੇਂ ਕੱਲ੍ਹ ਪਰਸੋਂ ਵੀ ਤੁਸੀਂ ਸੁਣਿਆ ਹੋਣਾ ਯੂਟਿਊਬ 'ਤੇ ਇੱਕ ਡਿਬੇਟ ਚੱਲਦੀ ਸੀ, ਉਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਸਿੰਗਰ ਇਸ ਵੇਲੇ ਦੇ ਕਿਸਾਨੀ ਦੇ ਉੱਤੇ ਜਦੋਂ ਗਾਇਆ ਗਿਆ, ਤੁਸੀਂ ਦੇਖਿਆ ਹੋਣਾ ਵੀ ਬੜੇ ਲੋਕਾਂ ਨੇ ਉਹਨੂੰ ਪਸੰਦ ਕੀਤਾ। ਉੱਥੇ ਇਲਾਕਾ ਵਾਸੀਆਂ ਨੇ ਵੀ ਇਸ ਗੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੀਤ ਰਾਹੀਂ ਮਾਂ ਦੇ ਅੰਤਿਮ ਦਰਸ਼ਨ ਨਾ ਕਰ ਸਕਣ ਵਾਲੇ ਪੁੱਤ ਦਾ ਦਰਦ ਸਾਫ਼ ਝਲਕਦਾ ਹੈ। ਕੋਰੋਨਾ ਦੇ ਦੌਰਾਨ ਜੋ ਕਿ ਇੱਕ ਰਾਈਟਰ ਇੰਗਲੈਂਡ 'ਚ ਬੈਠਾ ਸੀ, ਉਹਨੇ ਗਾਣਾ ਲਿਖ ਕੇ ਭੇਜਿਆ ਸੀਗਾ, ਅਸੀਂ ਇਹਨੂੰ ਪ੍ਰਮੋਟ ਕੀਤਾ ਜੋ ਕੱਲ੍ਹ ਹੀ ਰਿਲੀਜ਼ ਕੀਤਾ, ਅਸੀਂ ਅੱਜ ਇਹਦੇ ਬੈਨਰ ਰਿਲੀਜ਼ ਕੀਤਾ ਇਹਦਾ। ਸੋ ਮੈਂ ਸਮਾਜ ਨੂੰ ਅਸੀਂ ਦਿਖਾਇਆ ਵੀ ਇੱਕ ਮਾਂ ਦਾ ਜਿਹੜਾ ਕਿਰਦਾਰ ਹੈ ਬਹੁਤ ਹੀ ਅੱਛਾ ਕਿਰਦਾਰ ਹੈ, ਅਤੇ ਉਸਦੇ ਉੱਤੇ ਜੇ ਕੋਈ ਬੱਚਾ ਆਪਣਾ ਬਾਹਰ ਜਾਂਦਾ ਇੱਧਰ ਮਾਂ ਦੀ ਡੈਥ ਹੋ ਜਾਂਦੀ, ਉਹ ਨਹੀਂ ਆ ਸਕਦਾ। ਇਹ ਗਾਣਾ ਉਸ 'ਤੇ ਹੀ ਲਿਖਿਆ ਗਿਆ ਔਰ ਬਹੁਤ ਵਧੀਆ ਮੇਰੇ ਭਰਾ ਨੇ ਸਰਬਜੀਤ ਲਵਲੀ ਨੇ ਗਾਇਆ। A South Asian Canadian channel.